ਨਹੀਂ ਆਂਦੀ ਪਿਆਗੀ ਨਾ ਤੂੰ ਦਿਹਾੜੀ ਕਰਦਾ ਪਿਆ ਨਾ ਮਿਸਤਰੀਆਂ ਨਾਲ ਜਾਂਦਾ ਪਿਆਗਾ ਤਾਂ ਇੰਨੇ ਪੈਸੇ ਕਿੱਥੋਂ ਆਂਦੇ ਪਿਆਗੇ ਜਿਹੜਾ ਦਿਨ ਰਾਤ ਆਪਾਂ ਕਦੀ ਕੱਟਾ ਕਦੀ ਬੱਕਰਾ ਕਦੀ ਮੁਰਗਾ ਖਾਦੀ ਜਾਂਦੇ ਆ ਓ ਮੇਰੀ ਸੋਹਣੀਏ ਬੇਗਮੇ ਇਹੋ ਗੱਲ ਤਾਂ ਤੈਨੂੰ ਦੱਸਣ ਵਾਸਤੇ ਰਾਜ਼ ਦੀ ਮੈਂ ਇੱਥੇ ਲੈ ਕੇ ਆਇਆ ਉਹ ਕਿਹੜੀ ਰਾਜ਼ ਦੀ ਗੱਲ ਹੈਗੀ ਹੈ ਜਿਹੜੀ ਗੱਲ ਦਾ ਮੈਨੂੰ ਕੋਈ ਨਹੀਂ ਪਤਾ ਆ ਸੁਗਰੀਆ ਸਿਆਣੇ ਆਉਂਦੇ ਨੇ ਕੱਦਾਂ ਨੂੰ ਵੀ ਕੰਨ ਆਉਂਦੇ ਨੇ ਤੇ ਜਿੱਥੇ ਆਪਾਂ ਖਲੋਤੇ ਆ ਇੱਥੇ ਦਰਖਤਾਂ ਨੂੰ ਵੀ ਕੰਨ ਆਉਂਦੇ ਨੇ ਰਾਜ਼ ਦੀ ਗੱਲ ਮੈਂ ਤੈਨੂੰ ਦੱਸਣ ਲੱਗਾ ਅਗਾ ਕਿਸੇ ਨੂੰ ਦੱਸੀ ਨਾ ਮਿੰਟ ਮਾਰ ਕੇ ਮੈਨੂੰ ਰਾਜ਼ ਦੀ ਗੱਲ ਦੱਸ ਤੇ ਮੈਂ ਕਿਸੇ ਨੂੰ ਕੋਈ ਨਾਂ ਨਹੀਂ ਲੈਂਦੀ ਉਹ ਕਿਸੇ ਨੂੰ ਨਾ ਲਵੀ ਨਹੀਂ ਤਾਂ ਆਪਣਾ ਬੜਾ ਵੱਡਾ ਨੁਕਸਾਨ ਹੋ ਜਾਣਾ ਹੈ ਜਿਹੜੇ ਆਪਾਂ ਦਿਨ ਬ ਦਿਨ ਅਮੀਰ ਹੁੰਦੇ ਜਾਂਦੇ ਹੈ ਕੋਈ ਹੋਰ ਅਮੀਰ ਹੋਣ ਲੱਗ ਪਊ ਸੀ ਜਿਹਨੂੰ ਪਤਾ ਲੱਗ ਗਿਆ ਹੁਣ ਬਜ਼ਾਰਤਾ ਨਾ ਪਾਈ ਜਾ ਸਿੱਧੇ ਤਰੀਕੇ ਭੋਕ ਸਿੱਧੇ ਤਰੀਕੇ ਗੱਲ ਦੱਸ ਉਹ ਗੱਲ ਦੱਸਦਾ ਪਿਆ ਸੁਗਰੀਆ ਆਪਣੀ ਲੜਾਈ ਰਹਿੰਦੀ ਹੈ ਹਰ ਟਾਈਮ ਤੂੰ ਜਿਹੜਾ ਮੈਨੂੰ ਆਖਦੀ ਹੈ ਰਾਤਾਂ ਨੂੰ ਤੂੰ ਕਿਹਦੇ ਵਗ ਜਾਂਦਾ ਹੈ ਮੈਂ ਇਸ ਦਰਖਤ ਦੇ ਥੱਲੇ ਇਬਾਦਤ ਕਰਦਾ ਹਾਸੂ ਤਪੱਸਿਆ ਕਰਦਾ ਹਾਸੂ ਮੇਰੀ ਸਾਲਾਂ ਦੀ ਮਿਹਨਤ ਤੋਂ ਬਾਅਦ ਮੈਨੂੰ ਹੁਣ ਫਲ ਮਿਲਿਆ ਇਸ ਜਾਦੂ ਦੇ ਦਰਖਤ ਨੇ ਮੈਨੂੰ ਆਵਾਜ਼ ਦਿੱਤੀ ਹੈ ਮੇਰੇ ਕੋਲ ਜੋ ਮੰਗੇਗਾ ਤੈਨੂੰ ਮਿਲੇਗਾ ਹੁਣ ਮੈਂ ਇਸ ਜਾਦੂ ਦੇ ਦਰਖਤ ਕੋਲੋਂ ਜੋ ਮੰਗਾਂਗਾ ਉਹ ਮਿਲੇਗਾ ਰਮਜ਼ੀ ਇਹ ਗੱਲ ਤੋਂ ਅਗਰ ਮੈਨੂੰ ਪਹਿਲੇ ਦੱਸ ਦਿੰਦਾ ਤਾਂ ਮੈਂ ਤੇਰੇ ਤੇ ਸ਼ੱਕ ਨਹੀਂ ਕਰਦੀ ਇੱਕ ਤੂੰ ਆਦੀ ਮਸ਼ੂਕਾ ਲਵਾਗ ਜਾਣਾ ਹੈਗਾ ਤਾਂ ਆਪਣੇ ਘਰੇ ਨਹੀਂ ਲੜਾਈ ਪੈਂਦੀ ਆਈ ਜਦੋਂ ਬੰਦਾ ਤਪੱਸਿਆ ਕਰਦਾ ਪਿਆ ਹੋਵੇ ਉਦੋਂ ਕਿਸੇ ਨੂੰ ਨਹੀਂ ਦੱਸਦਾ ਹੁੰਦਾ ਹੁਣ ਮੰਗ ਲੈ ਕੀ ਮੰਗਣਾ ਜਲਦੀ ਦੱਸ ਜੋ ਮੰਗਾਗੀ ਉਹ ਹੀ ਮਿਲੇਗਾ ਨਾ ਹਾਂ ਹਾਂ ਮੰਗ ਤਾਂ ਸਹੀ ਇੱਕ ਵਾਰੀ ਰਮਜ਼ੀ ਮੈਂ ਤਾਂ ਢੇਰ ਸਾਰੇ ਪੈਸੇ ਚਾਹੀਦੇ ਹੈਗੇ ਨੇ 500 ਉਹ ਸਿਰਫ 5000 ਇਹ ਤਾਂ ਸ਼ਾਇ ਕੋਈ ਨਹੀਂ ਲੈ ਫੜਾ ਆਦੀ ਜੁੱਤੀ ਮੋੜ ਐਲਾ ਕਿੰਨੇ ਪੈਸੇ ਚਾਹੀਦੇ ਨੇ 5000 ਬਸ ਦਰਖਤ ਦੇ ਉਤਾਂ ਯਾ ਵੇਖੋਗੇ ਤੁਹਾਡਾ ਜਿਹੜਾ ਜਾਦੂ ਹੈ ਖਤਮ ਹੋ ਜਾਏਗਾ ਇਸ ਵਾਸਤੇ ਪੈਸੇ ਚਾ ਲਓ ਚੁੱਪ ਕਰਕੇ ਆਦੇ ਘਰੇ ਜਾਓ ਜਾ ਹੁਣ ਨਵਾਂ ਸੂਟ ਲੈ ਲਾ ਅੱਛਾ ਆ ਜਾ ਚਲੀਏ ਚਲ ਟੋਰ ਓਵੋ ਓਏ ਐਵੇਂ ਲੋਕੀ ਆਂਦੇ ਰਮਜ਼ੀ ਚਵਾਲੇ ਆ ਰਮਜ਼ੀ ਤਾਂ ਬੜਾ ਸਿਆਣਾ ਹੈ ਆ ਮੇਰੇ ਵਾਸਤੇ ਤੇ ਬੜੀ ਖੁਸ਼ਕਿਸਮਤੀ ਮੈਂ ਵੀਰ ਹੋ ਜਾਸਾਂ ਨੂੰ ਲਿੱਤਰ ਮਾਰਾਂ ਤੇ ਪੈਸੇ ਕਮਾਵਾਂ 5 ਲੀਟਰ ਮਾਰੇ ਨੇ ਤੇ 5000 ਰੁਪਈਆ 1, 2, 3, 4, 5 ਪੈਸੇ ਨਹੀਂ ਡਿੱਗੇ ਆ ਜਾ ਪੈਸੇ ਆ ਜਾ ਉਹ ਮੇਰੇ ਕਹਿਣ ਤੇ ਕਿਉਂ ਨਹੀਂ ਆਉਂਦੇ ਪਏ ਪੈਸੇ ਉਹਨੇ ਆਪਣੀ ਜਨਾਨੀ ਦਾ ਲਿੱਤਰ ਮਾਰਿਆ ਸੀ ਮੈਂ ਆਪਣੀ ਜਨਾਨੀ ਲੈ ਕੇ ਆਉਂਦਾ ਉਹਦੇ ਪੈਰੋਂ ਲਾ ਕੇ ਲਿੱਤਰ ਮਾਰ ਸਾ ਮੁੜ ਪੈਸੇ ਅਪਸਣ ਜਾਵਾਂ ਘਰੇ ਮੈਨੂੰ ਲੱਗਦਾ ਪਿਸ਼ਾਬ ਕਰਨ ਗਿਆ ਹੈਗਾ ਸੀ ਤੇ ਮਗਰ ਕੁੱਤਾ ਲੱਗ ਗਿਆ ਹੈਗਾ ਫੇ ਕੀ ਹੋਇਆ ਜੱਟੀ ਆਪਣੇ ਦਿਨ ਫਿਰ ਗਏ ਆਪਾਂ ਅਮੀਰ ਹੋ ਗਏ ਆ ਜਿਹੜੀ ਮੈਂ ਚੌਧਰੀ ਵਾਲੀ ਝੂਠੀ ਪੱਗ ਬੰਨੀ ਵਾਲਾ ਨਾ ਹੁਣ ਮੈਂ ਸੱਚੀ ਪੱਗ ਬੰਨਾਂਗਾ ਸੱਚੀ ਦੇ ਆਪਾਂ ਚੌਧਰੀ ਹੋ ਜਾਵਾਂਗੇ ਮੈਂ ਖੁਸ਼ ਤਾਂ ਮੈਂ ਹੋ ਜਾਵਾਂਗੀ ਕੀ ਤੈਨੂੰ ਪਿਸ਼ਾਬ ਕਰਨ ਲੱਗਿਆ ਜਾ ਕੇ ਅਲਾਦੀਨ ਦਾ ਚਿਰਾਗ ਲੱਭ ਗਿਆ ਅਲਾਦੀਨ ਦਾ ਚਿਰਾਗ ਨਹੀਂ ਲੱਭਾ ਇੱਕ ਲੇਤਰੀ ਦਰਖਤ ਲੱਭਾ ਹੈ ਉਹਨੂੰ ਲਿੱਤਰ ਮਾਰੋ ਤੇ ਪੈਸੇ ਡਿੱਗਦੇ ਨੇ ਉੱਤੋਂ ਮੈਂ ਲੇਤਰੀ ਬੰਦੇ ਤੇ ਹੋ ਸਕਦੇ ਨੇ ਜਿਵੇਂ ਤੂੰ ਲੇਤਰੀ ਹੈਗਾ ਤੇ ਲੇਤਰੀ ਦਰਖਤ ਕਿਵੇਂ ਹੋ ਸਕਦਾ ਹੈ ਉਹ ਬੇਵਕੂਫ ਦੀ ਬੱਚੀ ਆ ਉਹ ਲੇਤਰੀ ਦਰਖਤ ਹੈ ਉਹਨੂੰ ਜਿੰਨੇ ਲਿੱਤਰ ਮਾਰੋ 1000 ਥੱਲੇ ਡਿੱਗ ਦਿੰਦੇ ਨੇ ਓਹ ਭਾਈ ਵੇ ਭੱਜਾ ਜਾ ਤੁਹਾਨੂੰ ਕੋਈ 100 ਕਲਿੱਤਰ ਮਾਰ ਕੇ ਤੇ 1 ਲੱਖ ਰੁਪਈਆ ਲੈ ਆ ਓ ਜਨਾਨੇ ਲਿੱਤਰ ਤੇ ਲੱਗਾ ਹੋਇਆ ਹੈ ਮਰਦਾਨੇ ਲਿੱਤਰ ਤੇ ਪੈਸੇ ਨਹੀਂ ਜਾਂਦਾ ਤੂੰ ਮੇਰੇ ਨਾਲ ਚੱਲ ਲਿੱਤਰ ਮਾਰ ਤਾਂ ਆਪਾਂ ਪੈਸੇ ਲੁੱਟੀਏ ਚੱਲ ਫਿਰ ਜਲਦੀ ਕਰ ਚੱਲੀਏ ਉਹ ਹੀ ਨਾ ਹੋਵੇ ਕਿ ਕੋਈ ਦਰਖਤੀ ਫਟ ਕੇ ਲੈ ਜਾਵੇ ਹਾਂ ਚੱਲ ਚੱਲ ਆ ਲੋਟਾ ਤੇ ਛੱਡ ਜੇ ਹਾਂ ਚੱਲ ਵੇ ਕਿੱਥੇ ਕੋ ਦਰਖਤ ਹੈ ਟੋਟੋਰ ਚ ਮੈਂ ਥੱਕ ਗਈ ਆ ਆ ਖੜੋਤਾ ਹੀ ਇੱਕ ਵਾਰੀ ਸੰਭਲ ਤਾਂ ਸਹੀ ਕੋ ਲੱਤ ਬਾਹ ਤੜਵਾਨਾ ਹੈ ਬਾ ਖੁਸ਼ੀ ਦੇ ਵਿੱਚ ਸਮਝ ਨਹੀਂ ਹੁੰਦੀ ਲਿੱਤਰ ਲਾ ਮਾਰ ਗਾ ਅੱਛਾ ਤੇ 5 ਮਾਰ 5000 ਰਮਸੀ 5 ਮਾਰ ਹਾਂ 1 2 3
चार पांच आजा पैसे आजा पैसे मतलब चाबी रमजी ते सुगरी कोल है उन्दे कोल जाके पूछो भैया किवें पैसे सटदा नहीं नहीं मैं नहीं रमजी हले जाना है के फारू ओ इस बारो के मैं उनू ना उने गाला दितिया ने मावा पैना दिया क्यों गाला दितिया नहीं ਉਹਨੇ ਆਪਣੇ ਕੁੱਤੇ ਨੂੰ ਵੱਟਾ ਮਾਰਿਆ ਸੀ ਓਏ ਕੁੱਤਾ ਭੌਂਕਿਆ ਸੀ ਉਸ ਵੱਟਾ ਮਾਰ ਲਿਆ ਤੇ ਕਿਹੜੀ ਏਡੀ ਵੱਡੀ ਗੱਲ ਹੈ ਤੂੰ ਵੀ ਪਿੰਡ ਦੇ ਚਾਰ ਬੰਦੇ ਨਾਲ ਵੰਜੀ ਨਹੀਂ ਬਣੀ ਲੈ ਉਹਦੇ 55 ਵਾਲੀ ਕਿਹੜੀ ਗੱਲ ਹੈ ਮੈਂਦੇ ਨਾਲ ਵੀ ਗੱਲ ਕਰ ਸਕਦਾ ਸੀ ਕਿ ਬਾਜੀ ਜੱਟੀ ਮੈਨੂੰ ਨੰਗਾ ਦੇ ਮੇਰੇ ਕੁੱਤੇ ਨੂੰ ਮੈਨੂੰ ਵੱਟਾ ਮਾਰਨ ਦੀ ਕਾਦੀ ਜ਼ਰੂਰਤ ਸੀ ਜੇ ਉਹਦੀ ਲੱਤ ਬਾਹ ਟੁੱਟ ਜਾਂਦੀ ਜੇ ਉਹਦਾ ਸਿਰ ਪਾੜ ਜਾਂਦਾ ਤਾਂ ਫਿਰ ਕੌਣ ਜ਼ਿੰਮੇਦਾਰ ਹੁਣ ਚੁੱਪ ਕਰੋ ਮਾਂ ਪੁੱਤ ਨੇ ਛੁੱਟ ਖੜੋਤੇ ਨੇ ਐਂ ਕਰਨੇ ਬੂਤਣੇ ਨੂੰ ਲੈਨੇ ਨਾਲ ਹੁੰਦਾ ਬੇਲੀ ਏ ਉਹ ਲੈ ਆਪਸੀ ਉਹਨੂੰ ਚਲਾ ਕਰਨਗੇ ਇਹ ਗੱਲ ਠੀਕ ਹੈ रोटी जाम लेना मुड़ बह के गल कर ली सा ओ गलगोज दे मुंह वाली आ ए ना समझ के मैं तेरी रोटी दी पर बैठा हां तू रोटी पका भी लाया सी तेरी रोटियां खांदे ही नहीं असी तो हुन 5 स्टार होटल तो रोटी खा के आंदे पए नाले असी ते कदी नहीं आई दी घटिया सोच सोची है कि जो तो तुसी साडे घरे गए असी टुक्कर खांदे पियो ने तसी तन्नू आने ही पहले तुसी खा लो बाद च असी खाल सा घटिया सोच दा मालिक है के इन्ना नु अपने मर्तबे दा पता ही नहीं अपने मकाम दा पता ही नहीं असल तेरे नाल गल मैं ए करण वास्ते आया भूतड़िया भी अपने नेड़े तेड़े इत्थे कोई 40 किले 50 किले 70 किले जमीन इकट्ठी विकदी पी होवे ना तो मैनू लैके दे ओ इतने पैसे किदो लई सै मैं लगदा भूख दी वजह तू तेरा दिमाग खलिया खला जाके घरु टुक्कर खाए ओए भूतड़िया मैं तो बकरे दी कढ़ाई खा के आंदा पिया हाँ मेरा भरा एडी सोहनी असी बकरे दी कढ़ाई बनाई हैगी ते नाल मंगाया गया ना ते नाल बनाई हैगी दूध पत्तियो पी के ताडे घरे आए हैं तुहाडे बयान ही नहीं रलदे पाए अग्गे तू पिया नहीं मैं रेस्ट हाउस तू ते फर्स्ट हाउस तू खा के आईया कढ़ाइया हुन पिया नहीं मैं घर नान नून मंगाई है कोई बनदी जुड़दी ते गल करो ओथो असी बिरयानी खा के आया से ओए भूतड़िया मैं कोई मजाक नहीं करदा पिया ना मेरा दिमाग कल्या खड़ोता है मैं तेनू आंदा पिया मैनू 2-4 मुरब्बे जमीन दे लै के दे मैं आवन आले साल इलेक्शन एमपीए दा भी लड़ना है तो मैनू जल्दी बड़ी है तू फिलहाल इथू लिख के बाद लिठी जस जे इलेक्शन दा टाइम अस्सलाम वालेकुम पुतने वालेकुम सलाम हां जी किवें किवें ढुके हो आ भूतड़िया आ तेरी चाची रमदी नाल लड़ पई है किधर है इंदी सुलह ते करा दे ए एडा नाल आ बंदा को नहीं है जान दी जगह ले ए त्रिए दे आपे बुला ले सी तू परेशान ना हो चट्टी तू आप ही मिन्नत अल्लाह कर ले ते सुलह कर हां कुछ नहीं हुंदा मुड़ भी अपना गवाटी है सिद्धी गल करो रमजी ओ जेड़ा लेतरी दरखत हैगा ओदी चाबी तेरे कोल हैगी है ते ओदे तो सानू थोड़े जे पैसे ते लेके दे दे खबरदार उस दरख्त नू लेतरी ना आखी
एक तू उनके कोल पैसे मंगनी है, एक उन्हें लेतरी आखनी है, उनकी शान ही गुस्ताखी करनी है। तौबा तौबा तौबा, उन्हें मैं आख दी है लेतरी दरख्त है, उस मुकद्दस दरख्त नु आख सानू थोड़े जते पैसे दे दे। क्या कहते तो रगड़ा गत्ती बैठे ने, केड़ा दरख्त दरोड़ा को सानू भी दसो चा। बिल्लो अरम जी एक दरख्त नु ना लितर मारदा है, उ तू पैसा डिग देन ते चुग लेम देन। मैं तो ए गल कदी भी ना मनना, चिट्टा नंगा है कूड़ मारी खलोता है, तानू कोई चूना लाऊवे तो तुसी बच जाओ। तू तो है ही बेमुर्शिदी, तो क्या यकीन करना है। ओ मियां रमजी साहब आ वेख ला, मैं तेरे को हाथ जोड़ के माफी मांगदा पिया, जेड़ा मेरी मां तेरे को ऊंचा नीवा बोली है, हुन मेहरबानी करके साडे नाल चल, उस दरख्त को सानू पैसे ला दे। हां ना भाई ना, ओथे चिल्ले मैं कटण, तपस्या मैं कीती है, ते मैं ही ओथू पैसे लेने ने उस दरख्त कोलो, और किसे नु मैं लाके कोई नहीं देने। नहीं मेरी बहन है, साडा जवाब हैगा, असी 1 रुपया नहीं देना तानू, जवानी भी मेरा साई दिन रात ओथे चिल्ले कटे हैगे, ते मैनू लाख रुपया दे दिंदा फिर तू किवें मन्नेगा। मैं मनना ही नहीं, तुसी जाओ। रमजी साहब चगल चगल साए हो गई है, हुण साडे घरु मजमा पट के आद घरे लाए जा, ते उत्थे जा के दरख्तां चुनां नूं पैसे काढ के दे। लै भी जटिए ते कुकिया, मैं जिंदगी दे विच इतनी तपस्या कीती है, इतनी तपस्या कीती है, ते ओह जादू वाला दरख्त तैयार कीता है, मैं कदी किसे नूं 1 रुपया भी ना देवां हां, लेकिन इस गड़गोज दे मूंह वाली दी वजह तो मैं हुण तुहानूं पैसे उत्थों काढ के विखावांगा, ਤੁਹਾਨੂੰ ਇਨਾਮ ਲੈ ਕੇ ਵਿਖਾਵਾਂਗਾ, ਤਾਂ ਕਿ ਇਹਨਾਂ ਨੂੰ ਪਤਾ ਲੱਗੇ ਕਿ ਮੇਰੀ ਕਰਾਮਤ ਕੀ ਹੈ, ਮੇਰੇ ਦਰਖਤ ਦੀ ਕਰਾਮਤ ਕੀ ਹੈ। ਫਿਰ ਵੇਖੀ ਕਿਵੇਂ ਮਿੰਤਾ ਕਰਦੀ ਆ ਜਿਹੜੀ ਗੁੱਠੀ ਸਪੜੀ ਬੜੀ ਖਲੋਤੀ। ਤੁਸੀਂ ਅਗਾ ਜਾਓ ਨਾ, ਮੈਂ ਜਦੋਂ ਤੁਹਾਡੀ ਮਿੰਤਾ ਕਰਾਂ ਮੋੜ ਤੁਸੀਂ ਮੈਨੂੰ ਆਖ। ਠੀਕ ਹੈ, ਤੂੰ ਹੁਣੇ ਮਿੰਤਾ ਕਰ ਸੀ। ਇਹਨਾਂ ਨੂੰ ਪਰ ਅਦਾਫਾ ਕਰੋ, ਤੁਸੀਂ ਬਾਜੋ ਸਾਡੇ ਨਾਲ, ਆਪਾਂ ਦਰਖਤ ਕੋਲ ਪੈਸੇ ਲਾਵੀਏ। ਆ ਜਾਓ। ਹਾਂ ਹਾਂ ਚਲੋ ਚਲੋ। ਇਹਨੇ ਮੂੰਹ ਮਾਰੀ ਰੱਖਣੀ ਹੈ, ਕੁਝ ਵੇਖਿਆ ਸੋਚਿਆ ਕਰ, ਆਪਾਂ ਵੇਖੀ ਤਾਂ ਸਹੀ ਇਹ ਗੋਲਾ ਕੀ ਸੈਂਸ ਲੜਾਈ ਵਾਲਾ। ਬੜਾ ਇਹ ਚਗੜ ਜੀ, ਮੇਰਾ ਦਿਲ ਮੌਤ ਮੇ ਨਹੀਂ ਹੁੰਦਾ, ਜੇ ਤੂੰ ਨਹੀਂ ਖੋਣਾ ਤੇ ਟੋਰ ਆਗਾ। ਚਲਾ ਜਾ। ਹਾਂ ਬਈ ਜੱਟੀਏ, ਕਿੰਨੇ ਪੈਸੇ ਚਾਹੀਦੇ ਨੇ? ਰੁਕ ਦੇ ਦੇ 1 ਲੱਖ ਰੁਪਈਆ। ਲੱਖ ਰੁਪਈਆ ਇੱਥੇ ਸਾਨੂੰ ਦੇਖ ਗਈ ਹੈਗੀ ਹੈ ਰਮਜੀ, ਥੋੜੇ ਜਿਹੇ ਪੈਸੇ ਦਰਖਤ ਨੂੰ ਆਖੀ ਦੇਵੀ ਪਿਆ। ਚਲੋ ਥੋੜੇ ਜਿਹੇ ਪੈਸੇ ਦੇ ਨੇ, ਆਪਾਂ ਸੈਂਪਲ ਹੀ ਚੈੱਕ ਕਰਾਵਣਾ। ਹਾਂ ਲਿੱਤਰ ਦੇ ਸੁਗਲੀ, ਜਿਹੜੇ ਢਿੰਦੇ ਨਹੀਂ ਅੰਮਾ, ਇੱਕ ਵਾਰੀ ਉਹ ਲਾਲਾ ਚੁੱਪ ਕਰਕੇ, ਹੁਣ ਚੁੱਪ ਕਰਕੇ ਖਲੋਵੋ। ਚੁੱਪ ਹੈ ਸਾਡੀ ਬਾਉ, ਮੈਂ ਵੀ ਝੋਲੀ ਕਰ ਲਵਾਂ। ਰਹਿਣ ਤੇ ਬਰਾਵਾ, ਕੋਈ ਜ਼ਰੂਰਤ ਨਹੀਂ, ਤੂੰ ਇਹ ਕਰ ਚੁੱਪ। ਓਏ ਸੱਚੀ ਗੱਲ ਸੁਣ ਲੈ ਮੇਰੀ, ਕੰਨ ਖੋਲ ਕੇ, ਰੁਪਈਆਂ ਦੀ ਬਰਸਾਤ ਹੋਵੇ ਤੇ ਚੁੱਗ ਲਵੀ ਵੱਜ ਕੇ, ਇਹਨਾਂ ਨੂੰ ਨਾ ਚੁੱਗਣ ਦੇਵੀ। ਠੀਕ ਹੈ, ਮੈਂ ਚੁੱਗ ਲਈ ਸਾ। ਆ ਸਪੜੀ ਤੇ ਸੱਪ ਨੂੰ, ਤੁਸੀਂ 1 ਰੁਪਏ ਨੂੰ ਹੱਥ ਨਹੀਂ ਲਾਣਾ। ਉਹਨੇ ਇਹ ਲੈਣ ਦੇ ਪੱਪਾਂ, 3 4 5 6 7 8 ਬਸ ਚੱਕਰ 10 ਓਏ, ਮੈਨੂੰ ਲਹਿਰ ਆ ਗਈ ਆਈ, ਲਹਿਰ ਆ ਗਈ, ਨਹੀਂ ਤੇ ਪੈਸੇ ਨਹੀਂ ਲਵਣੇ। ਚੱਲ ਬਈ ਦਰਖਤਾਂ ਦਾ 1000 ਰੁਪਇਆ ਛੱਡ ਦੇ। ਓਏ ਇਧਰ ਇਧਰ ਪਰਾ ਹੋ। ਨਹੀਂ ਪਰਾ ਨਹੀਂ, ਕਿਰਲੀ ਜਾਈ ਆ ਕੇ ਹਲਕੀ ਵੇ ਕੋਈ ਖਲੋਤੀ। ਅੱਛਾ ਕੋਰਾ ਲਾਇਆ, ਓਏ ਨੰਦੇ ਤੂੰ ਹਿਲਾ ਨਾ ਭਾਈ। ਮੈਂ ਤੁਹਾਨੂੰ ਪਹਿਲਾਂ ਹੀ ਰੋਕਿਆ ਹਾਂ ਵੀ ਤੁਸੀਂ ਪੈਸਿਆਂ ਨੂੰ ਹੱਥ ਨਹੀਂ ਲਾਉਣਾ, ਪਰ ਤੁਸੀਂ ਪੈਸੇ ਵੇਖ ਕੇ ਹਲਕੇ ਹੋ ਗਏ ਹੋ। ਇਹ ਪੈਸੇ ਸਾਡੇ, ਨੰਜੀ ਮੇਰੇ ਕੋਲ ਗਲਤੀ ਹੋ ਜੇ ਮੇਰੇ ਤੋਂ ਤੁਸੀਂ ਆਪਣੇ ਪੈਸੇ ਦੇ ਸਕਦੇ। ਲੋ ਜੀ ਚਲ, ਹਲਕੀ 9 ਪੈਸੇ ਨੂੰ ਵੇਖ ਕੇ ਲੈ ਲਾ ਆਪ ਦੇ। ਨੰਜੀ ਮੇਰੇ ਜੁੱਤੀ ਹੋਰਾ ਮੈਂ ਦੇ। ਉਹ ਨੰਜੀ ਭਾਈ ਆ ਕੀ ਰੋਲਾ ਪਾਈ ਖੜੇ ਨੇ, ਉਹ ਤੂੰ ਟੇਕ ਕੇ ਕਵਾਰੀ ਆ ਬੁੱਧੜਿਆਂ, ਜਿਹੜੇ ਪੈਸੇ ਚਾਹੇ ਨੇ ਜੇਬ ਵਿੱਚ ਗੱਤੇ ਨਹੀਂ, ਇਹਨਾਂ ਨੂੰ ਸਾਰੇ ਪੈਸੇ ਦੇ, ਇਹ ਇਹਨਾਂ ਦਾ ਹੱਕ ਹੈ, ਇਹਨਾਂ ਦੇ ਵਾਸਤੇ ਪੈਸੇ ਉਤੋਂ ਡਿੱਗਣ। ਉਹ ਇਹਨਾਂ ਦਾ ਹੱਕ ਕੀ ਹੈ? ਇਹ ਕੋ ਮਜ਼ਦੂਰੀ ਕਰਿੰਦੇ ਰਹਿਣ, ਦਰਖਤ ਪੈਸੇ ਦਿੱਤਨ ਜਾ ਚਾਹ ਲੈਣ ਉਹਨਾਂ ਦੇ। ਅਸੀਂ ਕਿਹੜਾ ਉਹਨਾਂ ਦੇ ਹੱਥੋਂ ਖੋਏ ਨਾ, ਦਰਖਤ ਤਾਂ ਸਾਰਿਆਂ ਦਾ ਸਾਂਝਾ ਹੈ। ਹਾਂ ਆ ਦਰਖਤ ਸਾਂਝਾ ਤੁਹਾਡਾ ਕਿਹ ਨਾਲ ਹੋ ਗਿਆ? ਸਾਡੀ ਜ਼ਮੀਨ ਹੈ, ਸਾਡਾ ਦਰਖਤ ਹੈ। ਵੇ ਮੇਰਾ ਸੋਹਣਾ ਡੋਲਾ, ਤੂੰ ਕਿਵੇਂ ਵੱਖਰੇ ਹੋਣ ਵਾਲੀਆਂ ਗੱਲਾਂ ਕਰਦਾ ਪਿਆ? ਤੂੰ ਤਾਂ ਬਿੱਲੋ ਦਾ ਵਿਰਾਹ ਬਣੇ ਹੋਇਆ, ਜੇ 4 ਪੈਸੇ ਸਾਡੇ ਹੱਥੀ ਆ ਗਏ ਤੇ ਤੂੰ ਦੇ ਚ, ਇਹ ਕਿਹੜਾ ਮੁੱਕਦਾ ਪੈਂ, ਤੂੰ ਤਾਂ ਹੋਰ ਲੈ ਲਈ ਸੀ। ਰਮਜੀ ਛੱਡ ਪਰਾਂ, ਉਹ ਜਾਣੇ ਅੱਲਾ ਵਾਸਤੇ ਦਿੱਤੇ ਗਰੀਬ ਘਰ ਰਹਿ ਗਏ। ਜਿਹੜੇ ਪੈਸੇ ਇਹਨਾਂ ਚਾਲਨ ਉਹ ਤੱਕ ਤੇ ਕਰਾਮਾਤ ਹੋਰ ਵਿਖਾਓ, ਥੋੜੀ ਜਿਹੀ ਸੱਟਾ ਸਾਡੇ ਪੂਰੇ ਹੋ ਜਾਵਣ। ਕੁੱਕੀ ਸਾਹਿਬ, ਇਹ ਮੈਂ ਸਿਰਫ ਇਹਨਾਂ ਨੂੰ ਕਰਾਮਤ ਵਿਖਾਉਣ ਵਾਸਤੇ ਆਦੇ ਦਰਖਤ ਦੀ
इथे लै के आया और तुहानू पैसे दिवाए ने, ये तुहानू मुनाफे च ने। ये नहीं कि मैं हुण तुहानू पैसे दिवा दिवा के अमीर करा, आप तो ही घना अमीर की खड़ोता वा ना। दरख्त साडा, पैसे साडे, सारा हक साडा। मैं तो सिर्फ सैंपल चेक कराया तुहानू, आ जाओ मेरे नाल। चल टरो। ये रमजी साहब, ये दरख्त पैसे सिटदा वेखी तो खड़ोता, अन्ना तो कोई नहीं है। चल अगा टोल ना, बंदियां नु की मुंह लाना है। ये दरख्त पैसे सिटदा, चलो चीमिया फलक शेर को जमीन ही तो खरीद लेनी, जे उन्हें ना दिती ते वैसे ही कब्जा कर लेना। रमजी पुत्र तू मेरा बतरिया है, ते बेर महिंदे चा जेड़े पैसे ले ले, तू चिला किसी और दरख्त कर लवी। ओ ना ना रमजी, एनू बेर ना देवी पिया, ये अगर देऊ मैं ना तो मैनू दे चा, मेरा यार भी है, इहदे बदले तेनू मैं घर भी देसा, नाल मेरी बहन कुवारी बैठी ओ भी देसा। लख लड़ते नी कंजा रखे, मेरा घर क्यों खराब करते पेगा, निकल दो ओए। मां किसे पासे टांगे ते लावना बेर ढींदी पे लगण दे, आदी बहन नु किसे होर पासे टांगे ला, मेरा घर ना खराब कर, ए तेनू कोनी कुवारा चिड़ा दिसता पेगा। ओ रमजी रन्ना दी आदत होंदी भौकी रख दियां, तू दस की आना। ओए भूतड़िया, मेरी बेगम जो फरमा रही है सही फरमा रही है, तू इथू शकल गुम कर, तनाला गलगोज दे मुंह वाली नु लेके निकल जा। लमके हठाए खोते जबान आदि होश न मार, तू बेर देवने ते उस प्यो नु दे ला। हां साडा कोई इतराज नहीं, दे मैं ते गल कीती नहीं, मन्नी तेरी मर्जी दी गल है। ते मोड़े ते खलोते किवें ने, इथू दफो हो जाओ, तुहानू पता नहीं भी साडा सौदा हुंदा पिया। इन्हां दी ते बड़ी पुरानी आदत ही गई है बंदे काम दे विच लत मारनी। जांदे पाए ज्यादी बदतमीजी ना करो, आ जा बेगम। तुर मंत्र भी दस, तारी संबंध छित्र भी दे, जिन्हू मारिया पैसे डिग दे। जुत्ती जेड़ी मर्जी होवे कोई मसला नहीं, ते मंत्र सुन ला, गिन गना मल गिला गारी, गिन गना मल गीचा, गिच बचीची गिली बारा गत के दबल गीचा। गिन गना गिन गिला गारी, वे चुप कर जावे, मैं ते पहली बारी सुनया ते मेनू याद हो गए है, तू टेंशन ना ले, ते आ हुन अपा बेर कोल चल गए। चला आ छोटे पुत्र, चलो ना बेगम रुपये ते आपा चलिए तुहाडे पेके आते, क्योंकि इत्थे आपा रहे ते मेरे पियो ने छितरां दी बरसात कर देनी मेरे ते। हां चल टोर मेरे पेके आले, पहले घरों कपड़े ते चा लई। हां बलक शेर है, ज्यादा तेज बनन दी जरूरत ना कर, मैं देख के आया आज अखी नाल, ओ पैसा दरखत देंदा इज्जत ना, जमीन मैनू दे दे, नहीं तो कब्जा भी उत्थे मैं कर लैणे। ओ यार साडा कोई ऐसा दरख्त नहीं जिथों पैसे डिग देन, तैनू गलतफहमी होई है। हां मैं तो बेवकूफ है, कदे दरखत दे पैसे डिग गए। ਆ ਪੁੱਤਰ ਤੇਰਾ ਖੁਦ ਆ ਗਿਆ, ਮੈਨੂੰ ਇਹਨੇ ਖੁਦ ਆਖਿਆ ਦਰਖਤ ਤੋਂ ਪੈਸੇ। ਅਵੇ ਆ ਚੀਮਾ ਕੀ ਆਂਦਾ ਪਿਆਏਗਾ। ਹਾਂ ਚੀਮਾ ਨੇ ਕੋ ਖਾਬ ਖੂਬ ਵੇਖਿਆ ਹੋਣਾ। ਚਲੋ ਕਪੜੇ ਚਾਹ ਤੂੰ ਆਪਾਂ ਚਲੀਏ, ਇਹ ਨਹੀਂ ਮਾਂ ਬੜੀ ਬਿਮਾਰ ਹੈ ਤੇ ਟੈਲੀਫੋਨ ਆਇਆ, ਅਸੀਂ ਇਹਦੇ ਪੇ ਚਲ ਜਾਵਾਂ। ਹਾਂ ਮੇਰੀ ਮਾਂ ਹਸਪਤਾਲ ਅੱਜ ਜਾਚਾ। ਉਹ ਪੇਕਿਆਂ ਤੇ ਬਾਅਦ ਜਵੈ, ਪਹਿਲੇ ਮੈਨੂੰ ਉਹ ਦਰਖਤ ਵਿਖਾਓ ਜਿੱਥੇ ਪੈਸੇ ਡਿੱਗਦੇ ਪਏ ਨੇ, ਆ ਤੇ ਮੇਰੀ ਜਾਨ ਦਾ ਦੁਸ਼ਮਣ ਬਣਿਆ ਖਲਾ, ਇਹ ਮੈਨੂੰ ਗੋਲੀ ਮਾਰ ਦੇ ਸੀ। ਓਏ ਅੱਬਾ ਉਹ ਬੁੱਢੇ ਬੇਰੀ ਦੀ ਗੱਲ ਕਰਦਾ ਪਿਆ, ਤੂੰ ਜਾ ਇਹਨੂੰ ਬੇਰੀ ਵਿਖਾਇਆ ਸਾਨੂੰ ਜਲਦੀ। ਤੂੰ ਏਡਾ ਤੇਜ਼ ਨਾ ਬਣ, ਤੂੰ ਕੋ ਪੰਗਾ ਲਈ ਖਲਾ, ਚੱਲ ਅੱਗੇ ਲੱਗ। मंत्र पढ़ ले हुण सट पैसे। दरख्त पैसे नहीं छड़दा पिया, पानी सट्टी आंदा, मंत्र सही पढ़ी ना, मैनू की पता। ओए बंदर दे बच्चिया, ओ रावे ना थल्ले।
ਵਾਲੇ ਮੂੰਹ ਵਾਲੇ ਆ ਦਲੀਲ ਦੇ ਬੱਚੇ ਆ ਇੱਕ ਫਰਾਡ ਕੀਤਾ ਈ ਉਤੋਂ ਮੈਨੂੰ ਪੁਲਿਸ ਕਾਲ ਛਡਾਈ ਉਤੋਂ ਮੁੰਡਾ ਮੋਤਰਦਾ ਰਿਹਾ ਉਹ ਕੀ ਹੋਏ ਇਹ ਤਕਲਫ ਕਰਨ ਦੀ ਕਿਹੜੀ ਲੋੜ ਆਈ ਉਹ ਸੁਗਰੀ ਤੋਂ ਮੈਂ مشورہ ਕੀਤਾ ਹਾਂ ਕਿ ਅਸੀਂ ਰਲ ਕੇ ਸ਼ਾਦੀ ਹਾਲ ਬਣਾਈਏ ਫਿਲਹਾਲ ਤਾਂ ਤੇਰਾ ਨਾ ਬੁਰਾ ਹਾਲ ਬਣਾਵਾਂਗਾ ਉਸ ਤੋਂ ਬਾਅਦ ਸ਼ਾਦੀ ਹਾਲ ਬਣੇਗਾ तंजो मजा से भरपूर वीडियोस देखने के लिए रचनावी टीवी 2 को सब्सक्राइब जरूर कर दें।